ਤੇ ਵੇਸਟਿੰਗ ਘੱਟ ਕਰੋ, ਆਪਾਂ ਤਾਂ ਆਪ ਹੱਥ ਜੋਗੇ ਸਾਰਿਆਂ ਨੂੰ ਬੇਨਤੀ ਕਰੀਦੀ ਆ, ਲੰਗਰ ਵਾਲੇ ਜਿਹੜੇ ਵਰਤਾਉਂਦੇ ਉਹਨਾਂ ਨੂੰ ਵੀ ਸੇਵਾ ਕਰੀਦਾ, ਬੇਨਤੀ ਕਰੀਦੀ ਆ ਕਿ ਥੋੜ੍ਹਾ ਹਿਸਾਬ ਨਾਲ ਪਾਓ ਵੇਖ ਕੇ। ਅਸੀਂ 7-8 ਜਣੇ ਹੈਗੇ ਹਾਂ ਜੀ, ਆ ਜੋ ਹੈਗੇ ਆਪਾਂ ਇੱਥੇ ਹੀ ਹਾਂ, ਇਹ ਹਰ ਐਤਵਾਰ ਅਸੀਂ ਇੱਥੇ ਹੀ ਹੋਈਦਾ, ਅੱਜ ਸੰਡੇ ਛੁੱਟੀ ਹੁੰਦੀ ਮੇਰੀ ਡੇਲੀ, ਇਸ ਕਰਕੇ ਸਾਰਿਆਂ ਨੂੰ ਪਤਾ ਵੀ ਆ ਲਗਭਗ। ਪਹਿਲਾਂ ਤਾਂ ਨਹੀਂ ਕਰੀਦੀ, ਬਾਕੀ ਹੁਣ ਮਹਾਰਾਜ ਨੇ ਕੰਮ ਦਿੱਤਾ ਵਾ, ਕੰਮ ਵੀ ਕਰੀਦਾ ਵਾ, ਤਾਂ ਬਾਕੀ ਇੱਕ ਦਿਨ ਗੁਰੂ ਘਰ ਵੀ ਆਈਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਖੜ੍ਹੇ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ 'ਤੇ, ਸ਼ਹੀਦਗੰਜ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ, ਜਿੱਥੇ ਕਿ ਚੁਪਹਿਰਾ ਜਾਪ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਪਹੁੰਚਦੀ ਹੈ। ਸੋ ਤੁਹਾਨੂੰ ਅੱਜ ਇੱਕ ਅਜਿਹੀ ਸੇਵਾ ਦਿਖਾਵਾਂਗੇ ਜੋ ਕਿ ਖਾਸ ਕਰਕੇ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਦਿਖਾ ਰਿਹਾ ਕਿ ਜਦੋਂ ਸੰਗਤ ਇੱਥੇ ਪਹੁੰਚਦੀ ਹੈ ਦੇਸ਼ਾਂ ਵਿਦੇਸ਼ਾਂ ਤੋਂ, ਉਹਨਾਂ ਦੇ ਲਈ ਸੰਗਤਾਂ ਵੱਲੋਂ ਹੀ ਲੰਗਰਾਂ ਦੇ ਇੰਤਜ਼ਾਮ ਕੀਤੇ ਜਾਂਦੇ ਨੇ, ਜਲ ਦਾ ਪ੍ਰਬੰਧ ਕੀਤਾ ਜਾਂਦਾ ਹੈ, ਪਰ ਜਿਹੜੇ ਬਰਤਨਾਂ ਵਿੱਚ, ਜਿਹੜੇ ਭਾਂਡਿਆਂ ਵਿੱਚ ਜਾਂ ਜਿਹੜੇ ਡੂਨਿਆਂ ਵਿੱਚ ਲੰਗਰ ਛਕਿਆ ਜਾਂਦਾ ਹੈ, ਅਤੇ ਉਹ ਕਈ ਵਾਰੀ ਸੜਕਾਂ 'ਤੇ ਖਿਲਰੇ ਰਹਿੰਦੇ ਨੇ, ਗਲਾਸ ਜਿਹੜੇ ਕਿ ਉਹ ਸੜਕਾਂ 'ਤੇ ਖਿਲਰੇ ਰਹਿੰਦੇ ਨੇ, ਸੋ ਉਹਨੂੰ ਸਭ ਨੂੰ ਇਕੱਠਾ ਕਰਨ ਦੇ ਲਈ, ਕਿਉਂਕਿ ਜਦੋਂ ਸੰਗਤ ਅੰਦਰ ਜਾਂਦੀ ਹੈ ਨਾਮ ਜਪਣ ਦੇ ਲਈ ਜਾਂ ਜਿੱਥੇ ਬੈਠ ਕੇ ਸੰਗਤ ਨਾਮ ਜਪਦੀ ਹੈ, ਤਾਂ ਉਹਨਾਂ ਦੇ ਪੈਰ ਜਿਹੜੇ ਕਿ ਗੰਦੇ ਹੁੰਦੇ ਨੇ, ਸੋ ਉਹ ਡੂਨੇ ਥੱਲੇ ਨਾ ਆਉਣ, ਪੈਰਾਂ ਥੱਲੇ ਨਾ ਆਉਣ, ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਵੇ। ਸੋ ਉਹਨਾਂ ਡੂਨਿਆਂ ਨੂੰ ਚੱਕਣ ਦੇ ਲਈ ਜਾਂ ਖਾਲੀ ਗਲਾਸਾਂ ਨੂੰ ਚੱਕਣ ਦੇ ਲਈ ਕੁਝ ਨੌਜਵਾਨ ਇੱਥੇ ਜਿਹੜੇ ਕਿ ਸੇਵਾ ਕਰਦੇ ਨੇ, ਤੁਸੀਂ ਦੇਖ ਸਕਦੇ ਹੋ, ਤਸਵੀਰ ਬਿਲਕੁਲ ਤੁਹਾਡੇ ਸਾਹਮਣੇ ਹੈ ਕਿ ਇੱਕ ਬਜ਼ੁਰਗ ਵੱਲੋਂ ਨੌਜਵਾਨ ਜਿਹੜੇ ਨਾਲ ਖੜ੍ਹੇ ਨੇ, ਉਹਨਾਂ ਵੱਲੋਂ ਤਕਰੀਬਨ 10 ਤੋਂ ਵੱਧ ਇਹ ਨੌਜਵਾਨ ਨੇ ਜਿਹੜੇ ਕਿ ਇਹ ਜੂਠੇ ਬਰਤਨ ਇਕੱਠੇ ਕਰਕੇ ਇਸ ਤੋੜੇ ਦੇ ਵਿੱਚ, ਇਸ ਥੈਲੇ ਦੇ ਵਿੱਚ ਪਾਉਂਦੇ ਨੇ। ਸੋ ਗੱਲਬਾਤ ਜ਼ਰੂਰ ਕਰਾਂਗੇ ਨੌਜਵਾਨ ਦੇ ਨਾਲ ਕਿ ਉਹ ਕੀ ਕਹਿਣਾ ਚਾਹੁੰਦੇ ਨੇ, ਕਦੋਂ ਤੋਂ ਉਹ ਸੇਵਾ ਕਰ ਰਹੇ ਨੇ, ਅਤੇ ਸੰਗਤਾਂ ਨੂੰ ਉਹ ਕੀ ਅਪੀਲ ਕਰਨਾ ਚਾਹੁੰਦੇ ਨੇ। ਉਹ ਨੌਜਵਾਨ ਸਾਡੇ ਵਿੱਚ ਮੌਜੂਦ ਨੇ, ਤੁਸੀਂ ਦੇਖ ਸਕਦੇ ਹੋ ਕਿ ਅਲੱਗ ਅਲੱਗ ਜਿਹੜੇ ਕਿ ਟੋਕਰਿਆਂ ਵਿੱਚੋਂ ਸਾਈਡਾਂ ਤੋਂ ਸਾਰੇ ਕਿਤੇ ਇਕੱਠਾ ਕਰਕੇ ਇਸ ਵੱਡੇ ਤੋੜੇ ਦੇ ਵਿੱਚ ਇਹ ਜਿਹੜੇ ਕਿ ਜੂਠੇ ਬਰਤਨ, ਜੂਠੇ ਜਿਹੜੇ ਕਿ ਗਲਾਸ ਨੇ ਉਹ ਰੱਖੇ ਜਾ ਰਹੇ ਨੇ। ਸੋ ਇਸ ਨੂੰ ਭਰ ਕੇ ਇਸ ਤੋਂ ਬਾਅਦ ਇਹਨੂੰ ਕਿ ਜਿੱਥੇ ਕਿਤੇ ਜਿੱਥੇ ਗੰਦ ਨੂੰ ਗੇਰਿਆ ਜਾਂਦਾ, ਜਿੱਥੇ ਕੂੜਾ ਕਰਕਟ ਸੁੱਟਿਆ ਜਾਂਦਾ, ਉੱਥੇ ਜਾ ਕੇ ਇਹ ਡੰਪ 'ਤੇ ਸੁੱਟਿਆ ਜਾਏਗਾ। ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਸ ਨੌਜਵਾਨ ਦੇ ਨਾਲ ਜੋ ਇੱਥੇ ਸੇਵਾ ਕਰਦੇ ਨੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਜਿਵੇਂ ਕਿ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਹੈ, ਜਲ ਛਕਣ ਦਾ ਪ੍ਰਬੰਧ ਹੈ, ਪਰ ਜਿਹੜੇ ਉਹ ਜੂਠੇ ਬਰਤਨ ਨੇ ਜਿਹੜੇ ਉਹ ਨੇ, ਉਹਨਾਂ ਨੂੰ ਤੁਸੀਂ ਇਕੱਠੇ ਕਰਕੇ ਇਸ ਦੇ ਵਿੱਚ ਪਾਉਂਦੇ ਹੋ, ਇਹ ਕਦੋਂ ਤੋਂ ਤੁਸੀਂ ਸੇਵਾ ਕਰਦੇ ਆ ਰਹੇ? ਸਭ ਤੋਂ ਪਹਿਲਾਂ ਆਪਣਾ ਨਾਮ ਸੰਗਤਾਂ ਦਾ। ਅਮਨਦੀਪ ਸਿੰਘ ਜੀ ਮੇਰਾ ਨਾਮ ਹੈ, ਅਤੇ ਬਾਬਾ ਜੀ ਮੈਨੂੰ ਤਾਂ ਸਾਲ ਕੀ ਹੋਇਆ ਵਾ, ਬਾਕੀ ਚਲੋ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਸੇਵਾ ਚੱਲਦੀ ਰਹੀ ਆ ਅਤੇ ਗਾਂ ਵੀ ਚੱਲਦੀ ਰਹੇਗੀ, ਤਾਂ ਬਸ ਸੰਗਤ ਨੂੰ ਇਹੋ ਬੇਨਤੀ ਹੈ ਕਿ ਬਸ ਥੋੜ੍ਹਾ ਜਿਹਾ ਥਾਂ ਥਾਂ 'ਤੇ ਅਸੀਂ ਲਿਫਾਫੇ ਲਾਏ ਹੋਏ ਆ, ਠੀਕ ਨਾ, ਅਤੇ ਉਹਦੇ ਵਿੱਚ ਹੀ ਜੂਠ ਪਾਵੇ, ਅਤੇ ਕਿਰਪਾ ਕਰਕੇ ਬਸ ਇੰਨੀ ਕੀ ਆ ਬੇਨਤੀ ਕਿ ਸੰਗਤ ਓਨਾ ਕੀ ਲਵੇ ਜਿੰਨਾ ਕੁ ਛੱਕ ਸਕਦੀ ਆ, ਠੀਕ ਜੀ। ਅਸੀਂ ਬਹੁਤ ਜ਼ਿਆਦਾ ਵੇਖਦੇ ਹਾਂ ਕਿ ਵੇਸਟਿੰਗ ਬਹੁਤ ਹੁੰਦੀ ਆ, ਇਸ ਕਰਕੇ ਵਾਹਿਗੁਰੂ ਜੀ ਕਿਰਪਾ ਅੱਗੇ ਤੁਹਾਡੇ ਅੱਗੇ ਕਿ ਥੋੜ੍ਹਾ ਜਿਹਾ ਧਿਆਨ ਨਾਲ। ਵੀਰ ਜੀ, ਇੱਕ ਗੱਲ ਤਾਂ ਜ਼ਰੂਰ ਦੇਖੀ ਗਈ ਹੈ ਕਿ ਬਿਲਕੁਲ ਸੰਗਤਾਂ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਲੰਗਰ ਛਕਣ ਲਈ ਲੱਗਦੀਆਂ ਨੇ, ਪਰ ਜਿਹੜਾ ਲੋੜ ਤੋਂ ਵੱਧ ਲੈ ਲੈਂਦੀਆਂ ਨੇ, ਛਕਿਆ ਜਾਂਦਾ ਨਹੀਂ, ਜਿਹੜਾ ਕਾਫੀ ਜਗ੍ਹਾ ਕੇ ਦੇਖਣ 'ਚ ਆਇਆ, ਵੇਸਟ ਬਹੁਤ ਹੁੰਦਾ, ਅਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਸੰਗਤ? ਅਸੀਂ ਇਸ ਕਰਕੇ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਨਾ ਕਿ ਆਪਣਾ ਬੱਚਾ ਵਾ ਨਾਲ ਕੋਈ ਸਿਆਣਾ ਵੇਲੋ, ਤੁਹਾਡੇ ਸਾਹਮਣੇ ਸੁੱਟ ਗਿਆ ਨਾ ਕਿੰਨਾ ਡੂਨਾ ਭਰਿਆ ਹੋਇਆ, ਅਤੇ ਇਸ ਕਰਕੇ ਬਸ ਬੱਚਿਆਂ ਥੋੜ੍ਹਾ ਧਿਆਨ ਰੱਖੋ, ਆਪ ਵੀ ਸਭ ਸਿਆਣੇ ਆ, ਅਤੇ ਵੇਸਟਿੰਗ ਘੱਟ ਕਰੋ, ਆਪਾਂ ਤਾਂ ਆਪ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰੀਦੀ ਆ, ਲੰਗਰ ਵਾਲੇ ਜਿਹੜੇ ਵਰਤਾਉਂਦੇ ਉਹਨਾਂ ਨੂੰ ਵੀ ਸੇਵਾ ਕਰੀਦਾ, ਬੇਨਤੀ ਕਰੀਦੀ ਆ ਕਿ ਥੋੜ੍ਹਾ ਹਿਸਾਬ ਨਾਲ ਪਾਓ ਵੇਖ ਕੇ। ਦੇਖਿਆ ਗਿਆ ਕਿ ਅਕਸਰ ਜਿਹੜੇ ਕਿ ਲੋੜ ਤੋਂ ਵੱਧ ਕਈ ਵਾਰੀ ਲੰਗਰ ਲੈ ਲੈਂਦੇ ਨੇ, ਖਾਸ ਕਰਕੇ ਬੱਚਿਆਂ ਨੂੰ, ਕਿ ਵੱਡਿਆਂ ਨੂੰ ਚਾਹੀਦਾ ਕਿ ਉਹਨਾਂ ਕੀ ਹੀ ਲੈਣ ਜਿੰਨਾ ਕੁਝ ਛੱਕ ਸਕਦੇ, ਕਿਉਂਕਿ ਜਿਹੜਾ ਵੇਸਟ ਹੋ ਗਿਆ ਉਹ ਕਿਸੇ ਕੰਮ ਨਹੀਂ ਆਉਣਾ, ਅਤੇ ਜਿਹੜਾ ਵੇਸਟ ਜਿਹੜਾ ਪਿਆ ਉਹ ਕਿਸੇ ਨਾ ਕਿਸੇ ਹੋਰ ਸੰਗਤ ਵਿੱਚ ਵੀ ਵਰਤ ਸਕਦਾ। ਹਾਂਜੀ ਹਾਂਜੀ, ਅਸੀਂ ਤਾਂ ਵੱਡਿਆਂ ਨੂੰ ਬੇਨਤੀ ਕਰ ਸਕਦੇ ਹਾਂ, ਬੱਚਿਆਂ ਨੂੰ ਤਾਂ ਨਹੀਂ, ਬੱਚੇ ਤਾਂ ਹੁਣ ਉਹਨਾਂ ਦੇ ਨਾਲ ਹੀ ਆਏ ਹੋਏ ਆ, ਅਤੇ ਇਸ ਕਰਕੇ ਵੱਡਿਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਹੱਥ ਫੜ ਕੇ ਰੱਖੋ, ਔਰ ਬਾਕੀ ਆਪਣੀ ਸੇਫਟੀ ਦਾ ਵੀ ਜ਼ਰੂਰ ਧਿਆਨ ਰੱਖੋ। ਠੀਕ ਹੈ ਜੀ, ਤੁਸੀਂ ਕਿੰਨੇ ਕੁ ਨੌਜਵਾਨ ਇੱਥੇ ਸੇਵਾ ਕਰਦੇ ਹੋ ਰਲ ਮਿਲ ਕੇ?
ਅਸੀਂ 7-8 ਜਣੇ ਹੈਗੇ ਹਾਂ ਜੀ, ਆ ਜੋ ਹੈਗੇ ਆਪਾਂ ਇੱਥੇ ਹੀ ਹਾਂ, ਇਹ ਹਰ ਐਤਵਾਰ ਅਸੀਂ ਇੱਥੇ ਹੀ ਹੋਈਦਾ। ਬਿਲਕੁਲ, ਕਿੰਨੇ ਵਜੇ ਤੁਹਾਡੇ ਵੱਲੋਂ ਜਿਹੜੀ ਕੇਸ ਸੇਵਾ ਸ਼ੁਰੂ ਕਰਦੇ, ਕਿੰਨੇ ਵਜੇ ਤੱਕ? ਸਾਡੀ ਸਵੇਰ ਤੋਂ ਸ਼ੁਰੂ ਹੁੰਦੀ 10 ਵਜੇ ਤੋਂ ਹੀ, ਸ਼ਾਮੀ 5-6 ਵੱਜ ਜਾਂਦੇ ਆ। ਜਿਹੜਾ ਕੂੜਾ ਸਾਰਾ ਇਕੱਠਾ ਕੀਤਾ ਜਾਂਦਾ ਕਿੱਥੇ ਲੱਗਾ? ਉਹ ਸਾਹਮਣੇ ਕੂੜੇ ਵਾਲੇ ਡੱਬਾ ਲੱਗਾ ਹੋਇਆ, ਉੱਥੇ ਸੁੱਟ ਦੇਈਦਾ, ਉੱਥੋਂ ਆਪੇ ਨਗਰਨੀਆਂ ਵੱਲ ਲੈ ਜਾਂਦੇ। ਹਾਂਜੀ, ਅਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ? ਤੁਸੀਂ ਦੱਸਿਆ ਕਿ 1 ਸਾਲ ਤੁਹਾਨੂੰ ਹੋ ਗਿਆ ਸੇਵਾ ਕਰਦੇ ਨੂੰ, ਗੁਰੂ ਮਹਾਰਾਜ ਦੀ ਖੁਸ਼ੀਆਂ ਲੈਣ। ਵੈਸੇ ਕੀ ਕਾਰੋਬਾਰ ਕਰਦੇ? ਵੈਸੇ ਮੇਰਾ ਫਰਨੀਚਰ ਦਾ ਕੰਮ ਹੈ, ਲੱਕੜ ਦਾ ਕੰਮ ਹੈ। ਹਾਂਜੀ, ਅੱਜ ਸੰਡੇ ਛੁੱਟੀ ਹੁੰਦੀ ਮੇਰੀ ਡੇਲੀ, ਇਸ ਕਰਕੇ ਸਾਰਿਆਂ ਨੂੰ ਪਤਾ ਵੀ ਆ ਲਗਭਗ। ਪਹਿਲਾਂ ਤਾਂ ਨਹੀਂ ਕਰੀਦੀ, ਬਾਕੀ ਹੁਣ ਮਹਾਰਾਜ ਨੇ ਕੰਮ ਦਿੱਤਾ ਵਾ, ਕੰਮ ਵੀ ਕਰੀਦਾ ਵਾ, ਤਾਂ ਬਾਕੀ ਇੱਕ ਦਿਨ ਗੁਰੂ ਘਰ ਵੀ ਆਈਦਾ। ਦੇਖਿਆ ਗਿਆ ਕਿ ਇੱਥੇ ਆ ਕੇ ਸੰਗਤ ਵੱਖੋ ਵੱਖਰੇ ਢੰਗ ਨਾਲ ਸੇਵਾ ਕਰਦੀ ਹੈ, ਪਰ ਜਿਹੜੀ ਤੁਹਾਡੀ ਸੇਵਾ ਵੱਖ ਲੱਖਣ ਦਿਖ ਰਹੀ ਹੈ ਕਿ ਜਿਹੜਾ ਜੂਠਾ ਜਿਹੜਾ ਡੂਨੇ ਨੇ ਜਾਂ ਜਿਹੜੇ ਕਿ ਗਲਾਸ ਨੇ ਜੂਠੇ ਉਹ ਚੱਕਦੇ ਹੋ? ਨਹੀਂ ਬਾਬਾ ਜੀ, ਇਹ ਤਾਂ ਉਹਦਾ ਹੁਕਮ ਹੈ ਜੀ, ਉਹਨੇ ਘੱਲਿਆ ਹੀ ਸਾਨੂੰ ਤਾਂ ਵਾ, ਇਹ ਤਾਂ ਆਪਾਂ ਆਪਣੀ ਚਾ ਕਰਦੇ ਕੁਛ ਵੀ। ਵੇਖੋ ਇੰਨੀ ਗਰਮੀ ਦੇ ਵਿੱਚ ਵੈਸੇ ਘਰ ਦੇ ਨਹੀਂ ਬਾਹਰ ਨਿਕਲਣ ਦਿੰਦੇ ਆਪਣੇ ਬੱਚਿਆਂ ਨੂੰ, ਤਾਂ ਇਹ ਮਹਾਰਾਜ ਦਾ ਸ਼ੁਕਰੀਆ ਕਿ ਉਹ ਆਪਾਂ ਨੂੰ ਤੰਦਰੁਸਤੀ ਬਖਸ਼ੀ ਆ। ਇਸੇ ਤਰ੍ਹਾਂ ਸੇਵਾ ਜਾਰੀ ਰਹੇਗੀ? ਹਾਂਜੀ, ਇਸੇ ਤਰ੍ਹਾਂ ਚੱਲਦੀ ਰਹੇਗੀ ਜੀ, ਤੁਹਾਡਾ ਆਸ਼ੀਰਵਾਦ ਚਾਹੀਦਾ, ਮਾਲਕ ਦਾ ਆਸ਼ੀਰਵਾਦ ਚਾਹੀਦਾ ਬਸ। ਬਿਲਕੁਲ ਜੀ, ਤੁਸੀਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਜਿਹੜੇ ਕਿ ਇਸ ਤੋੜੇ ਦੇ ਵਿੱਚ ਜਿਹੜੇ ਕਿ ਜਿਹੜਾ ਵੀ ਜੂਠਾ ਇੱਥੇ ਹੁੰਦਾ ਡੂਨਾ ਜਾਂ ਕੋਈ ਗਲਾਸ ਜਾਂ ਕੋਈ ਵੇਸਟ 'ਚ ਹੁੰਦਾ, ਉਸ ਨੂੰ ਇਕੱਠਾ ਕਰਕੇ, ਇਸ ਦੇ ਵਿੱਚ ਇਕੱਠਾ ਕਰਕੇ ਉਹ ਇੱਕ ਡੰਪ 'ਤੇ ਸਿੱਟਿਆ ਜਾਂਦਾ ਹੈ। ਸੋ ਇਹਨਾਂ ਵੱਲੋਂ ਅਪੀਲ ਵੀ ਸੰਗਤਾਂ ਨੂੰ ਕੀਤੀ ਗਈ ਹੈ ਕਿ ਜਿੰਨੇ ਲੰਗਰ ਦੀ ਜ਼ਰੂਰਤ ਹੈ ਉਨਾ ਹੀ ਲਿਆ ਜਾਵੇ, ਕਿਉਂਕਿ ਲੋੜ ਤੋਂ ਵੱਧ ਜਿਹੜਾ ਲੰਗਰ ਹੈ ਉਹ ਵੇਸਟ ਹੋ ਜਾਂਦਾ ਅਤੇ ਉਹ ਕਿਸੇ ਦੇ ਕੰਮ ਨਹੀਂ ਆਉਂਦਾ ਅਤੇ ਨਾ ਹੀ ਕਿਸੇ ਦੇ ਮੂੰਹ 'ਚ ਪੈਂਦਾ। ਸੋ ਇਹਨਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ। ਤੁਹਾਨੂੰ ਦਰਸ਼ਨ ਕਰਵਾਏ ਸੀ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦਗੰਜ ਗੁਰਦੁਆਰਾ ਸਾਹਿਬ ਤੋਂ, ਜਿੱਥੇ ਕਿ ਇਹ ਜਿਹੜੇ ਨੌਜਵਾਨ ਨੇ ਇਹ ਜੂਠੇ ਜਿਹੜੇ ਕਿ ਡੂਨੇ ਨੇ ਜਾਂ ਜਿਹੜੇ ਕਿ ਵੇਸਟ 'ਚ ਜਿਹੜਾ ਕਿ ਇੱਥੇ ਲੋਕ ਲੰਗਰ ਛੱਡ ਜਾਂਦੇ ਨੇ ਉਹਨੂੰ ਚੱਕ ਕੇ ਇਸ ਥੈਲੇ ਦੇ ਵਿੱਚ ਪਾਉਂਦੇ ਨੇ ਅਤੇ ਉਸ ਤੋਂ ਬਾਅਦ ਇਹਨੂੰ ਡੰਪ ਦੇ ਸਿੱਟਿਆ ਜਾਂਦਾ ਹੈ। ਸੋ ਇਹਨਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋੜ ਜਿੰਨੀ ਹੈ ਉਨਾ ਹੀ ਲੰਗਰ ਲਿਆ ਜਾਵੇ। ਦੇਖਦੇ ਰਹੋ ਹੱਕ ਸੱਚ ਟੀ ਵੀ, ਗੁਰਪ੍ਰੀਤ ਸਿੰਘ ਡੱਬ ਦੀ ਖਾਸ ਰਿਪੋਰਟ, ਅੰਮ੍ਰਿਤਸਰ।